ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਗਤਾਰ ਸਿੰਘ ਭੋਪਾਲ ਫਰੋਮ ਦਸਮੇਸ਼ ਡਰਾਈਵਿੰਗ ਸਕੂਲ ਮੋਗਾ। ਮੈਂ ਆਪਣਾ ਹਰਨੀ ਦਾ ਓਪਰੇਸ਼ਨ ਡਾਕਟਰ ਅਮਿਤ ਸੁੱਤ ਤੋਂ ਕਰਵਾਇਆ ਹੈਗਾ। ਇਸ ਤੋਂ ਪਹਿਲਾਂ ਮੈਂ CLL ਬਲੱਡ ਕੈਂਸਰ ਦੇ ਨਾਲ ਲੜ ਰਿਹਾ ਸੀ, ਜੋ ਕਿ 2012 ਤੋਂ ਮੈਨੂੰ ਪ੍ਰੋਬਲਮ ਦੇ ਰਿਹਾ ਸੀ। ਇਨ ਬਿਟਵੀਨ ਮੈਨੂੰ ਹੈਪੇਟਾਈਟਿਸ ਸੀ ਦੀ ਪ੍ਰੋਬਲਮ ਵੀ ਆਈ, ਇਸ ਕਰਕੇ ਮੈਂ ਓਪਰੇਸ਼ਨ ਕਰਨ ਤੋਂ ਬਹੁਤ ਡਰਦਾ ਸੀ। ਮੈਂ ਕਾਫੀ ਡਾਕਟਰਸ ਨਾਲ ਇਸ ਬਾਰੇ ਸਲਾਹ ਕੀਤੀ ਸੀ, ਪਰ ਲਾਸਟ ਵਿੱਚ ਮੈਂ ਜਦੋਂ ਇਹਨਾਂ ਡਾਕਟਰ ਸਾਹਿਬ ਨੂੰ ਆ ਕੇ ਮੈਂ ਸੂਰਜ ਜੀ ਨੂੰ ਮਿਲਿਆ, ਅਤੇ ਇਹਨਾਂ ਨੂੰ ਮੈਨੂੰ ਬਹੁਤ ਹੌਸਲਾ ਦਿੱਤਾ। ਕਹਿੰਦੇ ਇਹੋ ਜਿਹੀ ਬਿਮਾਰੀਆਂ ਹੁੰਦੀਆਂ ਰਹਿੰਦੀਆਂ, ਕੋਈ ਗੱਲ ਨਹੀਂ, ਆਪਾਂ ਓਪਰੇਟ ਕਰਾਂਗੇ ਔਰ ਕਾਮਯਾਬ ਓਪਰੇਟ ਹੋਏਗਾ। ਔਰ ਮੇਰਾ 22 ਤਰੀਕ ਨੂੰ, ਨਵੰਬਰ 22 ਨੂੰ ਮੇਰਾ ਓਪਰੇਸ਼ਨ ਹੋਇਆ ਸੀ, ਔਰ 24 ਤਰੀਕ ਤੋਂ ਮੈਂ ਚੱਲਣਾ ਸ਼ੁਰੂ ਕਰ ਦਿੱਤਾ ਸੀ। ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਥੋੜ੍ਹਾ ਥੋੜ੍ਹਾ ਚੱਲਣਾ ਸ਼ੁਰੂ ਕਰ ਦਿਓ। ਮੈਨੂੰ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਈ, ਮਾਮੂਲੀ ਤਾਂ ਹੁੰਦੀ ਹੈ, ਬਸ ਇੰਨੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ। ਬਟ ਮੈਂ ਅੱਜ ਆਪਣੇ ਟਾਂਕੇ ਕਟਵਾਏ ਹੈਗੇ ਹੈ ਔਰ ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹੈਗਾ ਔਰ ਕੋਈ ਪ੍ਰੋਬਲਮ ਨਹੀਂ ਹੈਗੀ। ਬਹੁਤ ਹੀ ਅੱਛੇ ਡਾਕਟਰ ਹਨ, ਕਿਤੇ ਆਸੇ ਪਾਸੇ ਜਲੰਧਰ ਜਾਂ ਫਿਰ ਦਿੱਲੀ ਜਾਂ ਫਿਰ ਲੁਧਿਆਣੇ ਭੱਜਣ ਦੀ ਲੋੜ ਨਹੀਂ ਹੈ। ਬਹੁਤ ਸਿਆਣੇ ਡਾਕਟਰ ਸਾਡੇ ਵਿੱਚ ਬੈਠੇ ਹੋਏ ਹੈ, ਜੋ ਕਿ ਮੈਂ ਆਲਰੇਡੀ ਫਾਇੰਡ ਆਊਟ ਕਰਕੇ ਅਤੇ ਮੈਂ ਇਹਨਾਂ ਕੋਲੋਂ ਓਪਰੇਟ ਕਰਵਾਇਆ ਹੈਗਾ। ਸਟਾਫ ਵੀ ਬਹੁਤ ਅੱਛਾ ਹੈਗਾ ਔਰ ਬਹੁਤ ਹੀ ਪਿਆਰ ਨਾਲ ਗੱਲ ਕਰਦੇ ਹੈਗੇ ਹੈ। ਔਰ ਮੈਂ ਇੰਨੇ ਹੋਸਪਿਟਲਸ ਦੇ ਵਿੱਚ ਐਡਮਿਟ ਹੋਇਆ, ਈਵਨ 40s ਦੇ ਵਿੱਚ ਵੀ, ਬਟ ਇੰਨਾ ਪਿਆਰ ਦੇ ਨਾਲ ਜੋ ਸਟਾਫ ਹੈ, ਜੋ ਡਾਕਟਰ ਹੈ, ਉਹਨਾਂ ਨੇ ਮੇਰਾ ਓਪਰੇਟ ਕੀਤਾ ਔਰ ਮੈਨੂੰ ਬਹੁਤ ਵਧੀਆ ਇਹਨਾਂ ਨੇ ਟ੍ਰੀਟਮੈਂਟ ਦਿੱਤਾ ਹੈ, ਜੋ ਮੈਨੂੰ ਸ਼ਾਇਦ 40s ਦੇ ਵਿੱਚ ਵੀ ਨਹੀਂ ਮਿਲ ਸਕਿਆ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਵੱਡੇ ਹੋਸਪਿਟਲ ਦੀਆਂ ਬਿਲਡਿੰਗਾਂ ਦੇਖ ਕੇ ਨਾ ਭੱਜੋ, ਉੱਥੇ ਇੰਨੀ ਸੁਵਿਧਾ ਨਹੀਂ ਮਿਲਦੀ ਜੋ ਇੱਥੇ ਮਿਲ ਰਹੀ ਹੈ ਡਾਕਟਰ ਅਮਿਤ ਸੂਦ ਕੋਲੋਂ। ਸੋ ਇਸ ਕਰਕੇ ਇਹਨਾਂ ਦਾ ਸਟਾਫ ਬਹੁਤ ਵਧੀਆ, ਇਹਨਾਂ ਦਾ ਟ੍ਰੀਟਮੈਂਟ ਬਹੁਤ ਵਧੀਆ ਔਰ ਬਹੁਤ ਹੀ ਹੌਸਲਾ ਦੇ ਕੇ ਇਹ ਓਪਰੇਟ ਕਰਦੇ ਹੈਗੇ ਆ। ਕਿਸੇ ਕਿਸਮ ਦੀ ਵੀ ਮੋਟਾਪੇ ਦੀ ਬਿਮਾਰੀ, ਸ਼ੂਗਰ ਦੀ ਬਿਮਾਰੀ, ਪੇਟ ਨਾਲ ਸੰਬੰਧਿਤ ਜਿੰਨੀਆਂ ਵੀ ਬਿਮਾਰੀਆਂ ਹੈਗੀਆਂ ਉਹ ਇਹਨਾਂ ਦੇ ਮਾਸਟਰ ਹੈ। ਇਸ ਕਰਕੇ ਆਪਾਂ ਨੂੰ ਆਸੇ ਪਾਸੇ ਭੱਜਣ ਦੀ ਲੋੜ ਨਹੀਂ ਹੈ। ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਇਹਨਾਂ ਨੂੰ ਬੇਝਿਜਕਾ ਕੇ ਮਿਲੋ। ਔਰ ਮੈਂ ਇਹ ਵੀਡੀਓ ਤਾਂ ਬਣਾਈ ਹੈ ਤਾਂ ਕਿ ਸਾਡੇ ਇਸ ਮੋਗੇ ਦੇ ਲੋਕ ਇੱਧਰ ਉੱਧਰ ਨਾ ਭੱਜਣ ਔਰ ਜੋ ਸਿਆਣੇ ਡਾਕਟਰ ਸਾਡੇ ਵਿੱਚ ਬੈਠੇ ਆ ਉਹਨਾਂ ਦਾ ਟ੍ਰੀਟਮੈਂਟ ਲੈਣ ਔਰ ਖੁਸ਼ੀ ਖੁਸ਼ੀ ਆਪਣੇ ਘਰ ਜਾਣ, ਜਿਵੇਂ ਕਿ ਮੈਂ ਅੱਜ ਆਪਣੇ ਖੁਸ਼ੀ ਖੁਸ਼ੀ ਘਰ ਜਾ ਰਿਹਾ। ਥੈਂਕ ਯੂ ਵੈਰੀ ਮੱਚ।